ਅਧਿਕਾਰੀ ਨੂੰ ਬਾਹਰ ਕੱਢਣਾ ਚਾਹੀਦਾ, ਮਕਾਨ ਸੀਲ ਹੋਣਾ ਚਾਹੀਦਾ। ਕੁਛ ਨਹੀਂ ਮਿਲਿਆ, ਸਵਾ ਮਹੀਨਾ ਹੋ ਗਿਆ, ਕੁਛ ਨਹੀਂ ਮਿਲਿਆ। ਸਾਨੂੰ ਮਿਲਦਾ ਪਿਆ, ਤੁਹਾਨੂੰ ਸਾਡੇ ਨਾਲ ਦਿੱਤਾ ਹੋਏਗਾ, ਤੁਹਾਨੂੰ ਸਾਡੇ ਮਟਰ ਹੋਣਗੇ, ਫਿਰ ਜਾਗੋਗੇ ਤੁਸੀਂ। ਮੈਂ ਨਹੀਂ ਜਾਗਣਾ, ਕਈ ਵਾਰ ਲੋਕ ਇਨਸਾਫ ਦੀ ਮੰਗ ਕਰਦੇ ਦੁਨੀਆ ਤੋਂ ਰੁਖਸਤ ਹੋ ਜਾਂਦੇ ਨੇ ਜਾਂ ਫਿਰ ਦਰ ਦਰ ਠੋਕਰਾਂ ਖਾਣ ਲਈ ਮਜਬੂਰ ਹੋ ਜਾਂਦੇ ਨੇ, ਪਰ ਇਨਸਾਫ ਕਿਧਰੇ ਨੇੜੇ। ਤੇ ਮਾਮਲਾ ਬਟਾਲਾ ਤੋਂ ਸਾਹਮਣੇ ਆਇਆ, ਜਿੱਥੇ ਕਿੰਨਰਾ ਨੇ ਪੁਲਿਸ ਪ੍ਰਸ਼ਾਸਨ ਖਿਲਾਫ ਇਨਸਾਫ ਨਾ ਮਿਲਣ ਤੇ ਜੰਮ ਕੇ ਨਾਅਰੇਬਾਜ਼ੀ ਕੀਤੀ ਹੈ। ਦਰਅਸਲ ਮਾਮਲਾ ਇਹ ਹੈ ਕਿ ਪਿਛਲੇ ਮਹੀਨੇ ਇਹਨਾਂ ਕਿੰਨਰਾਂ ਦਾ ਚਾਹਤ ਨਾਮਕ ਸਾਥੀ ਕਿੰਨਰ ਗਾਇਬ ਹੋ ਗਿਆ ਸੀ, ਜਿਸ ਤੋਂ ਬਾਅਦ ਕਿੰਨਰਾਂ ਵੱਲੋਂ ਮਾਮਲਾ ਪੁਲਿਸ ਥਾਣੇ ਦਰਜ ਕਰਵਾਇਆ ਗਿਆ ਸੀ, ਪਰ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ ਸੀ, ਜਿਸ ਨੂੰ ਦੇਖਦਿਆਂ ਕਿੰਨਰਾਂ ਵੱਲੋਂ ਇਹ ਪ੍ਰਦਰਸ਼ਨ ਕੀਤਾ ਗਿਆ। ਇਸ ਸੰਬੰਧੀ ਕਿੰਨਰਾਂ ਦਾ ਕਹਿਣਾ ਕਿ ਇਨਸਾਫ ਨਾ ਮਿਲਦਾ ਦੇਖ ਉਹਨਾਂ ਨੂੰ ਮਜਬੂਰਨ ਸੜਕਾਂ ਤੇ ਉਤਰਨਾ ਪਿਆ। ਮੇਰਾ ਨਾਮ ਨੀਸ਼ਾ ਹੈ, ਮੈਂ ਮਾਈ ਰਾਣੀ ਦੀ ਚੇਲਾ ਆ, ਅਸੀਂ ਬਟਾਲੇ ਚ ਰਹਿੰਦੇ ਹਾਂ। ਸਾਡਾ ਖੁਸਰਾ ਪਿਛਲੇ ਮਹੀਨੇ ਦੀ 19 ਤਰੀਕ ਦਾ ਲਾਪਤਾ, ਸਾਡੇ ਕੋਲ ਸੁਣਵਾਈ ਨਹੀਂ ਹੋ ਰਹੀ, ਸਾਨੂੰ ਕੁਛ ਨਹੀਂ ਚਾਹੀਦਾ, ਸਾਨੂੰ ਸਾਡਾ ਬਾਬਾ ਚਾਹੀਦਾ, ਸਾਨੂੰ ਚਾਹਤ ਚਾਹੀਦੀ ਹੈ, ਸਾਨੂੰ ਸਾਡਾ ਖੁਸਰਾ ਚਾਹੀਦਾ, ਸਾਡੀ ਇਹ ਡਿਮਾਂਡ ਹੈ। ਬਾਕੀ ਅਸੀਂ ਕਹਿੰਦੇ ਹਾਂ, ਇੱਧਰ ਰੋਜ਼ ਅਸੀਂ ਆਉਂਦੇ ਹਾਂ, ਸਾਡੀ ਸੁਣਵਾਈ ਕੋਈ ਨਹੀਂ ਹੋ ਰਹੀ। ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ, ਉਲਟਾ ਸਾਨੂੰ ਭੇਜ ਦਿੰਦੇ ਆ, ਸਾਨੂੰ ਪੁਲਿਸ ਵਾਲੇ ਭੇਜ ਦਿੰਦੇ ਆ, ਸਾਨੂੰ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ, ਅਸੀਂ ਬਹੁਤ ਪਰੇਸ਼ਾਨ ਹੋ ਗਏ। ਚੰਦਾ ਦੀ ਚੇਲਾ ਹੋ ਗਈ, ਉਹ ਤੋਂ ਇਲਾਵਾ ਜੀ ਗੱਲ ਸੁਣੋ ਮੇਰੀ, ਉਹ ਸਾਡੇ ਆਉਣਾ ਜਾਣਾ ਉਹਨੇ ਬੰਦ ਕਰਤਾ, ਇਹ ਜੱਜੀ ਨੇ ਬੰਦ ਕਰਾ ਤਾ, ਠੀਕ ਹੈ, ਆਉਂਦਾ ਜਾਂਦਾ ਨਹੀਂ, ਆਉਂਦੀ ਜਾਂਦੀ ਤਾਂ ਉਹਨੂੰ ਬੰਦ ਕਰਾ ਦਿੰਦੇ। ਹੁਣ ਸਾਨੂੰ ਕਿੰਨੇ ਦਿਨਾਂ ਤੋਂ ਮੀਡੀਆ 'ਤੇ ਖਬਰ ਆ ਰਹੀ ਸੀ, ਇੱਦਾਂ ਹੀ ਨੱਟਾਂ 'ਤੇ ਪੈਣ ਦੀ ਸੀ, ਬੜੇ ਚਾਹਤ ਨਹੀਂ ਲੱਭਦੀ, ਚਾਹਤ ਨਹੀਂ ਲੱਭਦੀ। ਅਸੀਂ ਜੇ ਉਹਨਾਂ ਦੇ ਘਰ ਗਏ, ਬੁੜੀਆਂ ਨੇ ਇਹ ਸਾਨੂੰ ਜਵਾਬ ਦਿੱਤਾ, ਜਿਹੜੀ ਉੱਥੇ ਰਹਿੰਦੀ ਆ ਭਾਬੀ ਉਹਦੀ, ਉਹਨੇ ਇਹ ਇਨਸਾਫ ਦਿੱਤਾ ਵੀ ਉਹਦਾ ਮੋਬਾਇਲ ਵੀ ਇੱਥੇ ਬਹਿ ਗਿਆ, ਉਹਦਾ ਮੋਬਾਇਲ ਦੇ ਵਿੱਚ ਮੈਂ ਸਿਮ ਪਾ ਲਈ ਆ, ਠੀਕ ਨਹੀਂ। ਉਹਨਾਂ ਨੇ ਫਿਰ ਕਿਹਾ ਵੀ ਇੱਕ ਮੁੰਡੇ ਨੇ ਜਵਾਬ ਬਿਆਨ ਦਿੱਤੇ ਆ ਡਰਾਈਵਰ ਨੇ, ਉਹਨੇ ਕਿਹਾ ਵੀ ਇੱਕ ਗੱਡੀ 'ਚੋਂ ਲੈ ਕੇ ਦੂਜੀ ਗੱਡੀ 'ਚੋਂ ਉਹਨਾਂ ਨੇ ਬਦਲਤੀ ਅਤੇ ਮੈਨੂੰ ਉਹਨਾਂ ਮੋੜਤਾ। ਹੁਣ ਸਾਨੂੰ ਨਹੀਂ ਪਤਾ ਵੀ ਉਹ ਜੀਦੀ ਆ, ਸਾਨੂੰ ਨਹੀਂ ਪਤਾ ਉਹ ਮਰ ਗਈ ਆ, ਸਾਨੂੰ ਇਨਸਾਫ ਦੇਵੋ, ਸਾਨੂੰ ਇਹਨਾਂ ਨੇ ਕੋਈ ਇਨਸਾਫ ਨਹੀਂ ਦਿੱਤਾ, ਸਾਨੂੰ ਕੋਈ ਇਨਸਾਫ ਨਹੀਂ ਦਿੱਤਾ, ਉਹਨਾਂ ਨੇ ਤਾਲਾ ਨਹੀਂ ਲਾਇਆ ਇਹਨਾਂ ਦੇ ਘਰ ਨੂੰ। ਦੂਜੇ ਪਾਸੇ ਇਸ ਮਾਮਲੇ 'ਚ ਪੁਲਿਸ ਅਧਿਕਾਰੀ ਦਾ ਕਹਿਣਾ ਕਿ ਉਹਨਾਂ ਵੱਲੋਂ ਗਾਇਬ ਹੋਏ ਕਿੰਨਰ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਜਲਦ ਹੀ ਉਸ ਨੂੰ ਲੱਭ ਲਿਆ ਜਾਵੇਗਾ। ਦੇ ਵਿੱਚ ਨਾ ਇੱਕ ਬਾਬਾ ਚਾਹਤ ਹੈ, ਇੱਥੇ ਸਾਡੇ ਬਟਾਲੇ ਰਹਿੰਦੇ ਏਰੀਆ ਲੋਕ, ਉਹ ਮਿਸਪਲੇਸ ਨੇ 18-10, ਉਹਦੇ ਸੰਬੰਧ ਵਿੱਚ ਮੁਕੱਦਮਾ ਦਰਜ ਕੀਤਾ ਹੋਇਆ ਵਾ, ਅਤੇ ਇਹ ਮੁਕੱਦਮੇ ਦੀ ਇਨਵੈਸਟੀਗੇਸ਼ਨ ਲਈ ਤਫਤੀਸ਼ ਲਈ ਕਾਫੀ ਆਦਮੀਆਂ ਨੂੰ, ਇਵਨ ਦੈਨ ਔਰਤਾਂ ਨੂੰ ਵੀ ਅਸੀਂ ਸ਼ਾਮਿਲ ਕਰਕੇ
ਤੇ ਉਹਨਾਂ ਕੋਲ ਪੁੱਛਗਿੱਛ ਕੀਤੀ ਹੈ ਤੇ ਸਾਡਾ ਇਹ ਟੀਚਾ ਵਾ ਇਹ ਸਾਡਾ ਮੁੱਦਾ ਵਾ ਵੀ ਆਪਾਂ ਸਭ ਤੋਂ ਪਹਿਲਾਂ ਤਾਂ ਬਾਬਾ ਚਾਹਤ ਜਿਹੜੇ ਮਿਸਪਲੇਸ ਨੇ ਉਹ ਸਾਨੂੰ ਮਿਲਣ ਸਾਡੇ ਕੋਲ ਰਿਕਵਰ ਹੋਣ ਉਸ ਤੋਂ ਅੱਗੇ ਜਿਹੜੇ ਜਿਹੜੇ ਵੀ ਉਹਨਾਂ ਦੀ ਰਿਕਵਰੀ ਉਪਰੰਤ ਜਿਹੜੇ ਜਿਹੜੇ ਵੀ ਮੁਲਜ਼ਮ ਹੋਣਗੇ ਉਹ ਬਿਲਕੁਲ ਉਹਨਾਂ ਨੂੰ ਕਾਨੂੰਨ ਮੁਤਾਬਕ ਉਹਨਾਂ ਦੇ ਖਿਲਾਫ਼ ਕਰ ਦਿੱਤਾ ਹੈ। ਬਿਊਰੋ ਰਿਪੋਰਟ, ਵਿਜ਼ਨ ਪੰਜਾਬ ਟੀਵੀ। ਫੋਰ ਮੋਰ ਨਿਊਜ਼ ਅਪਡੇਟਸ ਐਂਡ ਐਂਟਰਟੇਨਮੈਂਟ ਵੀਡੀਓਜ਼, ਪਲੀਜ਼ ਸਬਸਕ੍ਰਾਈਬ ਆਰ ਚੈਨਲ। ਫੋਰ ਆਲ ਲੇਟੈਸਟ ਨੋਟੀਫਿਕੇਸ਼ਨ, ਡੋਂਟ ਫੋਰਗੇਟ ਟੂ ਪ੍ਰੈਸ ਦ ਬੈਲ ਆਈਕਨ।